ਉਸਨੂੰ ਤੁਸੀਂ ਆਪਣੇ ਕਰਮਾਂ ਨਾਲ ਲਾ ਦਿੰਦੇ ਹੋ, ਜੋੜ ਲੈਂਦੇ ਹੋ ਤੇ ਉਹ ਆਪ ਜੀ ਦਾ ਭਗਤ ਬਣ ਜਾਂਦਾ ਹੈ, ਆਪ ਜੀ ਦੇ ਚਰਨਾਂ ਦਾ ਸੇਵਕ ਬਣ ਜਾਂਦਾ ਹੈ, ਜਿਹਦੇ ਤੇ ਤੁਸੀਂ ਕਿਰਪਾ ਕਰਦੇ ਹੋ, ਜਿਸ ਨੂੰ ਲਾਏ ਲੈ ਸੋ ਲਾਗੇ ਭਗਤ ਤੁਹਾਡਾ ਸੋਈ ਦੋਏ ਕਰ ਜੋੜ ਮਾਗੋ ਇੱਕ ਦਾਨਾ। ਪਾਤਸ਼ਾਹ ਕਹਿੰਦੇ ਮੈਂ ਦੋਵੇਂ ਹੱਥ ਜੋੜ ਕੇ ਆਪ ਜੀ ਦੇ ਕੋਲੋਂ ਇੱਕ ਦਾਨ ਮੰਗਦਾ ਹਾਂ। ਕਿਹੜਾ ਦਾਨ ਮੰਗਦੇ ਹਨ ਪਾਤਸ਼ਾਹ ਜੀ? ਦੋਏ ਕਰ ਜੋੜ ਮਾਗੋ ਇੱਕ ਦਾਨਾ ਸਾਹਿਬ ਟੁੱਟੇ ਪਾਵਾਂ ਹੈ ਸਾਹਿਬ ਅਕਾਲ ਪੁਰਖ ਵਾਹਿਗੁਰੂ ਜੇ ਤੁਸੀਂ ਟੁੱਟੇ ਹੋ ਤੇ ਮੈਂ ਆਪ ਜੀ ਦੇ ਕੋਲੋਂ ਇਹ ਦਾਨ ਪਾਵਾਂ। ਕਿਹੜਾ ਦਾਨ? ਸਾਸ ਸਾਸ ਨਾਨਕ ਅਰਾਧੇ ਔਰ ਮਹਿਰ ਗੁਣ ਗਾਵਾਂ, ਸਵਾਸ ਸਵਾਸ ਮੈਂ ਆਪ ਜੀ ਦਾ ਨਾਮ ਜਪਾਂ ਤੇ ਅੱਠੇ ਮਹਿਰ ਆਪ ਜੀ ਦੀ ਬਾਣੀ ਨੂੰ ਗਾਉਂਦਾ ਰਹਾਂ, ਆਪ ਜੀ ਦੇ ਗੁਣਾਂ ਨੂੰ ਆਪ ਜੀ ਦੀ ਸਿਫਤ ਸਲਾਹ ਨੂੰ ਗਾਉਂਦਾ ਰਹਾਂ, ਆਪ ਜੀ ਦੀ ਸਿਫਤ ਸਲਾਹ ਕਰਦਾ ਰਹਾਂ। ਜਦੋਂ ਪਿਆਰੇ ਨੂੰ ਇਸ ਤਰ੍ਹਾਂ ਭਾਵਨਾ ਦੇ ਨਾਲ ਅਰਦਾਸ ਕਰਾਂਗੇ ਤੇ ਉਹ ਅਕਾਲ ਪੁਰਖ ਵਾਲੇ ਗੁਰੂ ਮਾਲਕ ਸਾਡੇ ਤੇ ਟੁੱਟ ਜਾਵੇਗਾ ਤੇ ਟੁੱਟ ਕਰਕੇ ਆਪਣਾ ਅਮਰਤਮਈ ਨਾਮ ਸਾਡੇ ਹਿਰਦੇ ਦੇ ਵਿੱਚ ਵਸਾ ਦੇਵੇਗਾ। ਜਦੋਂ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਵੇਗਾ ਤਾਂ ਪਾਤਸ਼ਾਹ ਕਹਿੰਦੇ ਦੁੱਧ ਜਿੱਤੇ ਆਏ ਮਹਾ ਅਨੰਦਾ, ਫਿਰ ਆਨੰਦ ਹੀ ਆਨੰਦ ਬਣ ਜਾਵੇਗਾ, ਜੀਵਨ ਦੇ ਵਿੱਚ ਖੇੜਾ ਬਣ ਜਾਵੇਗਾ। ਇਸ ਤਰ੍ਹਾਂ ਭਾਵਨਾ ਦੇ ਨਾਲ ਅਰਦਾਸ ਕਰਨੀ ਹੈ। ਕਹਿੰਦੇ ਅਰਦਾਸ ਕਰਨੀ ਹੈ, ਆਓ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਹਨ। ਸੁਣ ਸੁਣ ਦੀ ਬਾਤ ਤੇਰੀ ਬਾਣੀ, ਸੁਣ ਸੁਣ ਦੀ